ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਆ? ਅੱਜ ਦਾ ਆਪਣਾ ਟੋਪਿਕ ਆ ਪਤੈਂਤ 3। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਬੀ ਲਾਇਸੈਂਸ ਨਾਲ ਕਿਹੜੇ ਕਿਹੜੇ ਵਹੀਕਲ ਮੈਂ ਚਲਾ ਸਕਦਾ, ਕਿਹੜੇ ਕਿਹੜੇ ਨਹੀਂ ਚਲਾ ਸਕਦਾ। ਬੀ ਲਾਇਸੈਂਸ ਨਾਲ ਮੈਂ ਗੱਡੀ, ਆਊਟੋ ਕਾਰਾਵਾਨ, ਜਿਹੜਾ ਫੁਰਗੋਨਾ 9 ਸੀਟਰ ਹੁੰਦਾ ਆ, ਟਰੱਕ 3.5 ਟਨ ਤੱਕ, ਟਰੈਕਟਰ ਅਤੇ ਛੋਟੀਆਂ ਓਪਰੇਟਰ ਮਸ਼ੀਨਾਂ ਮੈਂ ਚਲਾ ਸਕਦਾ ਵਾਂ। ਇਸ ਤੋਂ ਬਾਅਦ ਆਪਣੇ ਮਨ 'ਚ ਇਹ ਸਵਾਲ ਆਉਂਦਾ ਹੈ ਵੀ ਇਹ ਟਰੱਕ ਕਿਹੜੇ ਚਲਾ ਸਕਦਾ ਵਾਂ। ਟਰੱਕ ਸਿਰਫ ਉਹੀ ਚਲਾ ਸਕਦੇ ਹਾਂ ਜਿਨ੍ਹਾਂ ਦਾ ਭਾਰ 3.5 ਟਨ ਤੱਕ ਆ, ਕਿਉਂਕਿ 3.5 ਟਨ ਤੋਂ ਉੱਪਰ ਚਲਾਉਣ ਵਾਸਤੇ ਤੁਹਾਡੇ ਕੋਲ ਪਤੈਂਤ 3 ਚਾਹੀਦਾ ਆ। ਅਤੇ ਮੈਂ ਅਕਸਰ ਸੋਚਦਾ ਹੁੰਦਾ ਸੀ, ਜਦੋਂ ਲਾਇਸੈਂਸ ਮੈਂ ਖੁਦ ਨਹੀਂ ਕੀਤਾ ਸੀ, ਮੈਂ ਸੋਚਦਾ ਸੀ ਵੀ ਗੱਡੀ ਵਾਸਤੇ ਪਤੈਂਤ 3 ਹੁੰਦਾ ਆ ਅਤੇ ਜਿਹੜੀ 9 ਸੀਟਰ ਕਾਰ ਹੁੰਦੀ ਆ ਉਹਦੇ ਵਾਸਤੇ ਲਾਇਸੈਂਸ ਕੋਈ ਹੋਰ ਚਾਹੀਦਾ ਆ। ਅੱਜ ਮੈਂ ਤੁਹਾਨੂੰ ਸਾਰੇ ਲਾਇਸੈਂਸ ਵਹੀਕਲ ਕਿਹੜੇ ਕਿਹੜੇ ਕਿਹਦੇ ਨਾਲ ਚਲਾਏ ਜਾ ਸਕਦੇ ਨੇ ਉਹਦੇ ਬਾਰੇ ਇਹ ਵੀਡੀਓ ਬਣਾ ਰਿਹਾ ਵਾਂ। ਆਪਾਂ ਸ਼ੁਰੂਆਤ ਕਰਦੇ ਹਾਂ ਸਰਨਾ ਪਹਿਲਾਂ ਗੱਡੀ, ਯਾਨੀ ਕਿ ਆਊਟੋ ਵੇਤੂਰਾ। ਆਪਣੇ ਸਾਹਮਣੇ ਜਿਹੜੀ 2 ਕਿਸਮ ਦੀਆਂ ਗੱਡੀਆਂ ਦਿਖਾਈਆਂ ਜਾ ਰਹੀਆਂ ਨੇ, ਇੱਕ ਨੋਰਮਲ ਗੱਡੀ ਆ ਜਿਹੜੀ ਪਾਂਡਾ, ਪੁੰਟੋ ਜਾਂ BMW ਕੋਈ ਵੀ ਹੋ ਸਕਦੀ ਆ, 5 ਸੀਟਰ ਉਹ ਚਲਾ ਸਕਦੇ ਹਾਂ। ਪਲੱਸ ਦੂਜਾ ਮੇਰੇ ਸਾਹਮਣੇ ਜਿਹੜਾ ਸਾਰਿਆਂ ਨਾਲੋਂ ਵੱਧ ਪੁੱਛਿਆ ਗਿਆ ਸਵਾਲ ਇਹ ਸੀਗਾ ਵੀ ਮੈਂ ਵੱਧ ਤੋਂ ਵੱਧ ਕਿੰਨੇ ਸੀਟਰ ਕਾਰ, ਜਿਹਨੂੰ ਆਪਾਂ ਆਊਟੋ ਵੇਤੂਰਾ ਕਹਿੰਦੇ ਹਾਂ, ਉਹ ਚਲਾ ਸਕਦੇ ਹਾਂ। ਮੈਂ ਲਾਇਸੈਂਸ 2 ਦੇ ਨਾਲ ਵੱਧ ਤੋਂ ਵੱਧ 9 ਸੀਟਰ ਕਾਰ, 9 ਸੀਟਰ ਤੋਂ ਭਾਵ ਆ 8 ਸਵਾਰੀਆਂ, 9ਵਾਂ ਡਰਾਈਵਰ, ਯਾਨੀ ਕਿ 9 ਦੇ ਵਿੱਚ ਡਰਾਈਵਰ ਦੀ ਗਿਣਤੀ ਆਲਰੇਡੀ ਕੀਤੀ ਹੋਣੀ ਚਾਹੀਦੀ ਆ। ਇਹਨੂੰ ਇਹ ਨਾ ਸਮਝ ਬੈਠਿਓ ਵੀ 9 ਸਵਾਰੀਆਂ 10ਵਾਂ ਡਰਾਈਵਰ, ਕਿਉਂਕਿ ਜਦ ਆਪਾਂ ਗੱਲ ਕਰਦੇ ਹਾਂ ਆਊਟੋ ਵੇਤੂਰਾ 9ਵੇਂ ਪੋਸਤੀ, ਯਾਨੀ ਕਿ ਫਰਗੋਨੇ ਦੀ, ਉਹਦੇ ਵਿੱਚ ਟੋਟਲ 9 ਸੀਟਰ ਤੱਕ ਹੀ ਆਪਾਂ ਚਲਾ ਸਕਦੇ ਹਾਂ। ਸੋ ਵੱਧ ਤੋਂ ਵੱਧ ਲਾਇਸੈਂਸ 2 ਦੇ ਨਾਲ 9 ਸੀਟਰ ਕਾਰ ਚਲਾਈ ਜਾ ਸਕਦੀ ਹੈ। 9 ਤੋਂ ਘੱਟ 7 ਸੀਟਰ ਆ, 5 ਸੀਟਰ ਆ, 2 ਸੀਟਰ ਆ, ਉਹ ਸਾਰੀਆਂ ਚਲਾਈਆਂ ਜਾ ਸਕਦੀਆਂ ਨੇ, ਲੇਕਿਨ ਇਹਨਾਂ ਦੀ ਇੱਕ ਲਿਮਿਟ ਆ ਵੱਧ ਤੋਂ ਵੱਧ 9ਵੇਂ ਪੋਸਤੀ ਆਊਟੋ ਵੇਤੂਰਾ 9 ਸੀਟਰ ਕਾਰ ਚਲਾ ਸਕਦੇ ਹਾਂ। ਸੋ ਅਗਰ ਮੰਨ ਲਓ ਮੈਂ ਅੱਜ ਲਾਇਸੈਂਸ 2 ਕਰਦਾ ਵਾਂ ਅਤੇ ਮੇਰੇ ਕੋਲ ਗੱਡੀ ਤੋਂ ਇਲਾਵਾ ਆਪਸ਼ਨ ਹੁੰਦਾ ਆ 9 ਸੀਟਰ ਤੱਕ ਫਰਗੋਨੇ ਨੂੰ ਚਲਾਉਣ ਦਾ। ਇਸ ਨੂੰ ਹਾਸਿਲ ਕਰਨ ਵਾਸਤੇ ਜਿਹੜੀ ਉਮਰ ਰੱਖੀ ਗਈ ਆ ਉਹ 18 ਸਾਲ ਕਮ ਸੇ ਕਮ ਹੋਣੀ ਚਾਹੀਦੀ ਆ। 18 ਤੋਂ ਬਾਅਦ ਤੁਸੀਂ ਭਾਵੇਂ 20 ਸਾਲ ਦੇ ਹੋ ਕੇ ਲੈ ਲਓ, ਭਾਵੇਂ 22, 25, 26, 30, ਜਿੰਨੀ ਮਰਜ਼ੀ ਉਮਰ, ਲੇਕਿਨ ਕਮ ਸੇ ਕਮ ਇਹਦੇ ਲਈ ਉਮਰ ਆਪਾਂ ਨੂੰ 18 ਸਾਲ ਚਾਹੀਦੀ ਆ। ਸੋ ਲਾਇਸੈਂਸ 2 ਨਾਲ ਕਾਰਾਂ ਦੀਆਂ ਕਿਸਮਾਂ 9 ਸੀਟਰ ਤੱਕ ਆਪਾਂ ਚਲਾ ਸਕਦੇ ਹਾਂ। ਇਸ ਤੋਂ ਬਾਅਦ ਮੈਂ ਤੁਹਾਨੂੰ ਗੱਲ ਕਰਾਂਗਾ ਵੀ ਅਕਸਰ ਆਪਾਂ ਨੂੰ ਆਪਾਂ ਇਹ ਸੋਚਦੇ ਹਾਂ ਵੀ ਗੱਡੀ ਤੋਂ ਇਲਾਵਾ ਕੀ ਮੈਂ ਟਰੱਕ ਆਊਟੋ ਕਾਰੋ ਜਾਂ ਕੀ ਮੈਂ ਆਊਟੋ ਕਾਰਾਵਾਨ ਚਲਾ ਸਕਦਾ। ਹਾਂਜੀ, ਬਿਲਕੁਲ ਚਲਾ ਸਕਦੇ ਹੋ। ਲਾਇਸੈਂਸ 2 ਦੇ ਨਾਲ ਤੁਸੀਂ 3.5 ਟਨ ਤੱਕ ਟਰੱਕ ਚਲਾ ਸਕਦੇ ਹੋ। ਹੁਣ ਜਿੱਦਾਂ ਲਾ ਲਓ ਮੈਂ ਕਿਸੇ ਮਾਲਕ ਕੋਲ ਕੰਮ ਕਰਦਾ ਵਾਂ ਅਤੇ ਉਸ ਮਾਲਕ ਕੋਲ ਇੱਕ ਟਰੱਕ ਖੜ੍ਹਾ ਆ ਜਿਹਦਾ ਭਾਰ 3.5 ਟਨ ਤੱਕ ਆ। ਸੋ ਲਾਇਸੈਂਸ 2 ਦੇ ਨਾਲ, ਗੱਡੀ ਵਾਲੇ ਲਾਇਸੈਂਸ ਦੇ ਨਾਲ, ਮੈਂ 3.5 ਟਨ ਤੱਕ ਮਾਸਾ ਮਾਸੀਮਾ, ਮਾਸਾ ਹੋ ਗਿਆ ਭਾਰ, ਮਾਸੀਮਾ ਵੱਧ ਤੋਂ ਵੱਧ 3.5 ਟਨ ਲਾ ਤੇ 3.5 ਟਨ ਤੱਕ ਆਊਟੋ ਕਾਰੋ ਟਰੱਕ ਮੈਂ ਪਤੈਂਤ 2 ਦੇ ਨਾਲ ਚਲਾ ਸਕਦਾ। ਅਤੇ ਆਊਟੋ ਕਾਰਾਵਾਨ ਦਾ ਵਜ਼ਨ ਸੇਮ 3.5 ਟਨ ਤੱਕ ਹੀ ਹੋਣਾ ਚਾਹੀਦਾ। ਇਸ ਤੋਂ ਭਾਰੀ ਆਊਟੋ ਕਾਰਾਵਾਨ ਯਾਨੀ ਕਿ ਕੈਂਪਰ ਮੈਂ ਨਹੀਂ ਚਲਾ ਸਕਦਾ। ਕਿੰਨੀਆਂ ਸਵਾਰੀਆਂ ਬਿਠਾ ਸਕਦਾ ਇਹ ਸਭ ਲਿਖਿਆ ਹੁੰਦਾ ਹੈ ਇਸਦੀ ਲਿਬਰੇਟੋ ਉੱਪਰ। ਕੋਈ 3 ਸੀਟਰ ਹੁੰਦੀ ਆ, ਕੋਈ 2 ਸੀਟਰ ਹੁੰਦੀ ਆ, ਕੋਈ 5 ਸੀਟਰ ਹੁੰਦੀ ਆ। ਸੋ ਜਿੰਨੀਆਂ ਵੀ ਸਵਾਰੀਆਂ ਉਹਦੇ ਵਿੱਚ ਬੈਠ ਸਕਦੀਆਂ ਨੇ ਉਹ ਬਕਾਇਦਾ ਉਸਦੀ ਲਿਬਰੇਤੋ ਉੱਤੇ ਲਿਖਿਆ ਹੋਏਗਾ।
ਤੇ ਜਿੱਥੇ ਕਿ ਆਪਾਂ ਟੌਪਿਕ ਉੱਪਰ ਗੱਲ ਕਰ ਰਹੇ ਹਾਂ, ਤੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਆਊਟੋ ਕਾਰਾਵਾਨ ਦੇ ਵਿੱਚ ਸਿਰਫ ਸਫ਼ਰ ਕੀਤਾ ਜਾ ਸਕਦਾ ਏ ਅਗਰ ਇਹਦੇ ਵਿੱਚ ਆਪਾਂ ਰਿਹਾਇਸ਼ ਕਰਨੀ ਆ, ਯਾਨੀ ਕਿ ਸੋਣਾ ਆ, ਤੇ ਉਹ ਆਊਟੋ ਕਾਰਾਵਾਨ ਖੜੀ ਵਿੱਚ ਹੀ ਆਪਾਂ ਸੋ ਸਕਦੇ ਹਾਂ। ਸੋ ਕੁੱਲ ਮਿਲਾ ਕੇ ਟਰੱਕ ਅਤੇ ਆਊਟੋ ਕਾਰਾਵਾਨ 3.5 ਟਨ ਤੱਕ ਪਤੈਨ ਅਤੇ ਬੀਜ ਦੇ ਨਾਲ ਚਲਾਈਆਂ ਜਾ ਸਕਦੀਆਂ ਨੇ। ਇਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਵਾਂ ਟਰੈਕਟਰ ਅਤੇ ਓਪਰੇਟਰ ਮਸ਼ੀਨਾਂ ਦੀ। ਜਿਹੜੇ ਤੁਹਾਡੇ ਸਾਹਮਣੇ ਦੋ ਕਿਸਮ ਦੇ ਵਹੀਕਲ ਮੈਂ ਦਿਖਾ ਰਿਹਾ ਵਾਂ, ਆਪਾਂ ਗੱਲ ਕਰਦੇ ਹਾਂ ਪਹਿਲੇ ਟਰੈਕਟਰ ਦੀ। ਸੋ ਟਰੈਕਟਰ ਨੂੰ ਕਹਿੰਦੇ ਨੇ ਮਾਕੀਨੇ ਅਗਰੀਕੋਲੇ, ਐਗਰੀਕਲਚਰ ਵਾਲੇ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਜਿਹਨੂੰ ਪੰਜਾਬੀ 'ਚ ਤੁਸੀਂ ਟਰੈਕਟਰ ਦੇ ਨਾਮ ਤੋਂ ਜਾਣਿਆ ਆ, ਇਹ ਆਪਾਂ ਚਲਾ ਸਕਦੇ ਹਾਂ। ਅਤੇ ਨੀਚੇ ਜਿਹੜਾ ਮੈਂ ਇਹ ਚਿਤਸਿਓਨਾਲੀ ਲਿਖਿਆ ਏ, ਇਹ ਚਿਤਸਿਓਨਾਲੀ ਦਾ ਮਤਲਬ ਹੁੰਦਾ ਹੈ ਵੱਡੀਆਂ, ਯਾਨੀ ਕਿ ਟਰੈਕਟਰ ਜਾਂ ਖੇਤੀਬਾੜੀ ਵਾਲੀਆਂ ਵੱਡੀਆਂ ਮਸ਼ੀਨਾਂ ਵੀ ਤੁਸੀਂ ਪਤੈਨ ਅਤੇ ਬੀਜ ਨਾਲ ਚਲਾ ਸਕਦੇ ਹੋ। ਸੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਛੋਟੇ ਟਰੈਕਟਰ ਹੀ ਚਲਾਉਣੇ ਨੇ, ਤੁਸੀਂ ਪਤੈਨ ਅਤੇ ਬੀਜ ਨਾਲ ਵੱਡੇ ਟਰੈਕਟਰ ਵੀ ਚਲਾ ਸਕਦੇ ਹੋ। ਅਤੇ ਜਦੋਂ ਗੱਲ ਆਉਂਦੀ ਆ ਮਾਕੀਨੇ ਓਪੇਰਾਤਰੀਚੀ, ਯਾਨੀ ਕਿ ਓਪਰੇਟਰ ਮਸ਼ੀਨਾਂ ਕੰਮ ਕਰਨ ਵਾਲੀਆਂ ਦੀ, ਉਹ ਆਪਾਂ ਸਿਰਫ ਛੋਟੀਆਂ ਚਲਾ ਸਕਦੇ ਹਾਂ, ਜਿਨ੍ਹਾਂ ਨੂੰ ਕਿਹਾ ਜਾਂਦਾ ਆ ਨੋਨ ਏਚਿਤਸ਼ਨਾਲੀ। ਏਚਿਤਸ਼ਨਾਲੀ ਹੋ ਗਿਆ ਵੱਡੀਆਂ, ਨੋਨ ਵੱਡੀਆਂ ਨਾ ਹੋਣ, ਅਤੇ ਜਿਹਨੂੰ ਆਪਾਂ ਪੰਜਾਬੀ 'ਚ ਸਮਝਣਾ ਆ ਛੋਟੀਆਂ ਓਪਰੇਟਰ ਮਸ਼ੀਨਾਂ। ਛੋਟੀਆਂ 'ਚ ਆਉਂਦੀ ਆ ਜਿੱਦਾਂ ਲਾ ਲਓ ਸਾਫ਼ ਸਫਾਈ ਵਾਲੀ ਮਸ਼ੀਨ, ਇਹ ਮਸ਼ੀਨਾਂ ਛੋਟੀਆਂ ਕੈਟਾਗਰੀ ਵਿੱਚ ਆਉਂਦੀਆਂ ਨੇ। ਵੱਡੀ ਕਿਹੜੀ ਹੁੰਦੀ, ਜਿੱਦਾਂ ਲਾ ਲਓ ਕੋਈ ਰੋਡ ਪੱਟਣ ਵਾਲੀ ਮਸ਼ੀਨ ਆ ਜਾਂ ਕੋਈ ਵੱਡੇ ਪੱਧਰ ਦੀ ਮਸ਼ੀਨ ਆ, ਉਹ ਆਪਾਂ ਪਤੈਨ ਅਤੇ ਬੀਜ ਨਾਲ ਨਹੀਂ ਚਲਾ ਸਕਦੇ। ਸੋ ਕੁੱਲ ਮਿਲਾ ਕੇ ਪਤੈਨ ਅਤੇ ਬੀਜ ਨਾਲ ਟਰੈਕਟਰ ਵੱਡੇ ਅਤੇ ਛੋਟੇ ਦੋਨੋਂ ਮਸ਼ੀਨਾਂ ਸਿਰਫ ਛੋਟੀਆਂ ਹੀ ਚਲਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਲਾਇਸੈਂਸ ਬੀ ਦੇ ਨਾਲ ਆਪਾਂ ਕੁਆਦਰੋਚੀਕਲੋ ਅਮੋਤੋਰੇ, ਯਾਨੀ ਕਿ ਫੋਰ ਵੀਲਰ ਵੀ ਚਲਾ ਸਕਦੇ ਹਾਂ ਦੋਨੋਂ ਹੀ ਕਿਸਮ ਦੇ। ਅਗਰ ਤੁਸੀਂ ਕੁਆਦਰੋਚੀਕਲੋ ਚਲਾ ਰਹੇ ਹੋ ਓਪਨ, ਯਾਨੀ ਕਿ ਕੁਆਦ, ਫਿਰ ਹੈਲਮਟ ਪਾਉਣਾ ਜ਼ਰੂਰੀ ਆ, ਜਿਹਨੂੰ ਕਾਸਕੋ ਕਹਿੰਦੇ ਆ। ਅਤੇ ਜੇ ਤੁਸੀਂ ਕਲੋਜ਼ ਯਾਨੀ ਕਿ ਬੰਦ ਚਲਾ ਰਹੇ ਹੋ, ਉਹਦੇ ਲਈ ਬੈਲਟ ਲਗਾਉਣੀ ਜ਼ਰੂਰੀ ਆ, ਜਿਹਨੂੰ ਕਹਿੰਦੇ ਆ ਚਿੰਤੂਰਾ ਦੀ ਸਿਕੁਰੇਤਸਾ। ਇਸ ਤੋਂ ਇਲਾਵਾ ਲਾਇਸੈਂਸ ਬੀ ਦੇ ਨਾਲ ਤੁਸੀਂ ਤ੍ਰੀਚੀਕਲੀ ਚਲਾ ਸਕਦੇ ਹੋ। ਤ੍ਰੀਚੀਕਲੀ ਯਾਨੀ ਕਿ ਥ੍ਰੀ ਵੀਲਰ, 15 ਕਿਲੋਵਾਟ ਤੋਂ ਉੱਪਰ ਵਾਲਾ ਵੀ। ਸੋ ਅਗਰ 15 ਕਿਲੋਵਾਟ ਤੋਂ ਉੱਪਰ ਵਾਲਾ ਚਲਾਉਣਾ ਆ, ਉਦੋਂ ਤੁਹਾਡੀ ਉਮਰ 21 ਸਾਲ ਹੋਣੀ ਚਾਹੀਦੀ ਆ। 15 ਕਿਲੋਵਾਟ ਤੱਕ ਅਤੇ 18 ਸਾਲ ਤੱਕ ਵੀ ਚਲਾ ਸਕਦੇ ਹੋ। ਲੇਕਿਨ ਅਗਰ ਤੁਸੀਂ ਬਿਲਕੁਲ ਮੈਕਸੀਮਮ ਵੱਡਾ ਚਲਾਉਣਾ ਆ, 21 ਕਿਲੋਵਾਟ ਤੋਂ ਜ਼ਿਆਦਾ ਵਾਲਾ ਵੀ, ਉੱਥੇ ਤੁਹਾਡੀ ਉਮਰ 21 ਸਾਲ ਹੋਣੀ ਚਾਹੀਦੀ ਆ। ਪਤੈਨ ਅਤੇ ਬੀ ਦੇ ਨਾਲ ਤੁਸੀਂ ਮੋਟਰਸਾਈਕਲ ਹਲਕੀ, ਜਿਹੜੀ ਆਪਾਂ ਆ ਊਨੋ ਵਾਲੀ ਆ, 100-25 ਚਿੰਕਵੇ, ਜਿਹਦੀ ਪਾਵਰ ਸੀਗੀ 11 ਕਿਲੋਵਾਟ, ਉਹ ਵੀ ਚਲਾ ਸਕਦੇ ਹੋ। ਪਤੈਨ ਅਤੇ ਬੀ ਦੇ ਨਾਲ ਤੁਸੀਂ ਬੀ ਊਨੋ ਵਾਲੇ, ਯਾਨੀ ਕਿ ਕੁਆਦਰੋਚੀਕਲੋ ਨੋ ਲੇਜੇਰੋ, ਉਹ ਵੀ ਚਲਾ ਸਕਦੇ ਹੋ। ਪਤੈਨ ਅਤੇ ਬੀ ਦੇ ਨਾਲ ਤੁਸੀਂ ਆ ਐੱਮ ਯਾਨੀ ਕਿ ਚਿਕਲੋ ਮਤੋਰੀ, ਤਿੰਨੋਂ ਹੀ ਚਲਾ ਸਕਦੇ ਹੋ। ਸੋ ਕੁੱਲ ਮਿਲਾ ਕੇ ਕੁਆਦਰੋਚੀਕਲੋ, ਤ੍ਰੀਚੀਕਲੋ, ਚਿਕਲੋ ਮਤੋਰੀ, ਇਹ ਸਾਰੀਆਂ ਹੀ ਤੁਸੀਂ ਲਾਇਸੈਂਸ ਬੀ ਦੇ ਨਾਲ ਚਲਾ ਸਕਦੇ ਹੋ। ਇਸ ਗੱਲ ਦਾ ਖਿਆਲ ਰੱਖਿਓ, ਅਤੇ ਸਵਾਲਾਂ ਵਿੱਚ ਬਹੁਤ ਜ਼ਿਆਦਾ ਆਉਂਦਾ ਆ ਕਿ ਸਿਰਫ ਇਟਲੀ ਵਿੱਚ ਹੀ ਮੋਟਰਸਾਈਕਲ, ਮੋਟੋਚੀਕਲੋ ਅਤੇ ਤ੍ਰਿਚੀਕਲੋ ਚਲਾਈ ਜਾ ਸਕਦੀ ਆ, ਕਿਉਂਕਿ ਲਾਇਸੈਂਸ ਬੀ ਦੇ ਨਾਲ ਅਗਰ ਤੁਸੀਂ ਇਟਲੀ ਤੋਂ ਬਾਹਰ ਕਿਤੇ ਜਿੱਦਾਂ ਫਰਾਂਸ ਜਾਂ ਜਰਮਨ ਜਾਂ ਕਿਸੇ ਹੋਰ ਯੂਰੋਪ ਦੀ ਕੰਟਰੀ ਵਿੱਚ ਜਾਂਦੇ ਹੋ, ਉੱਥੇ ਲਾਇਸੈਂਸ ਬੀ ਦੇ ਨਾਲ ਸਿਰਫ ਗੱਡੀ ਚਲਾਈ ਜਾ ਸਕਦੀ ਆ, ਮੋਟਰਸਾਈਕਲ ਅਤੇ ਤ੍ਰਿਚੀਕਲੋ ਇਟਲੀ ਤੋਂ ਬਾਹਰ ਲਾਇਸੈਂਸ ਬੀ ਨਾਲ ਨਹੀਂ ਚਲਾ ਸਕਦੇ। ਸੋ ਇਹਦੇ ਉੱਪਰ ਸਵਾਲ ਵੀ ਹੈਗੇ ਨੇ ਕਿ ਸੋਲੋ ਇਨ ਇਟਾਲੀਆ, ਸਿਰਫ ਇਟਲੀ ਵਿੱਚ ਹੀ ਤੁਸੀਂ ਮੋਟਰਸਾਈਕਲ ਲੇਜੇਰੋ ਛੋਟੀ ਅਤੇ ਤ੍ਰਿਚੀਕਲੋ ਚਲਾ ਸਕਦੇ ਹੋ। ਸੋ ਇਹ ਗੱਲ ਮੈਂ ਦੱਸਣੀ ਤਾਂ ਚਾਹੀ ਆ ਕਿਉਂਕਿ ਥਿਓਰੀ ਤੋਂ ਇਲਾਵਾ ਇੱਕ ਦੋ ਗੱਲਾਂ ਹੁੰਦੀਆਂ ਨੇ ਜਿਹੜੀਆਂ ਸ਼ੇਅਰ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਹੁਣ ਮੈਂ ਤੁਹਾਡੇ ਨਾਲ ਜਿਹੜੀ ਨੈਕਸਟ ਗੱਲ ਕਰਨ ਜਾ ਰਿਹਾ, ਪਲੀਜ਼ ਉਹਦੇ ਉੱਪਰ ਗੌਰ ਫਰਮਾਉਣਾ। ਲਾਇਸੈਂਸ ਬੀ ਦੇ ਨਾਲ ਭਾਰ ਸੀਗਾ
3,500 किलोग्राम, यानी कि 3,500 किलो, ते जिन्हों अगर आप टना च दसीए ते 3.5 टन। सो कुछ मेरे वीर टन समझते ने, कुछ किलोग्राम समझते ने। सो अगर आप किलोआ च गल करिए ते 3,500 किलो आ। अगर आप टन देखिए, एक टन च 1,000 किलो होंगे ने, सो 3.5 टन, 3,500 किलो दे टन बन गए 3.5 टन। सो वजन ट्रक का या गड्डी का 3.5 टन तक ही होना चाहिए आ। हुण अगर मैं अपनी गड्डी पिछे टोचन पाना चाहना वा, तो मैं गड्डी पिछे टोचन पा सकदा वा लाइसेंस बी दे नाल। लेकिन ये याद रखियो कि लाइसेंस बी दे नाल टोचन करते समय भार 3.5 टन तक ही होना चाहिए आ, तुहाडा अते तुहाडे पिछे पाए रिमोर्क्यो दा। रिमोर्क्यो दियां दो किस्मां होंदियां ने, रिमोर्क्यो लेजेरो अते रिमोर्क्यो नो लेजेरो। जो मैं गल करदा रिमोर्क्यो लेजेरो दी, रिमोर्क्यो लेजेरो ओनू कहा जाता है जिंदा वजन 750 किलो तक होए। रिमोर्क्यो लेजेरो दा वजन 750 किलोग्राम तक होंदा है। अते रिमोर्क्यो नोन लेजेरो यानी कि भारा जिंदा भार 750 किलो तो ज़्यादा होए, 1,000, 2,000, 3,000, उन्होंने नोन लेजेरो किया जाता है। हुण गड्डी दे नाल तुसी अगर कहो भी मैं टोचन पाना आ, तो पा लो लाइसेंस बी दे नाल। पर याद रखियो गड्डी अते रिमोर्क्यो 3.5 टन तक ही होने चाहिए ने। पर अक्सर आपां देखदे हां कई इटालियन ने या कई अपने खुद जानकार ने जिन्हां ने गड्डी पिछे छोटी शिप छोटी या गड्डी पिछे मोटरसाइकिल, रिमोर्क्यो पर मोटरसाइकिल लदी होंगी आ, या किसी भी तरह का छोटा रिमोर्क्यो पाया होए ते वजन उन्हां दा हो जाए 3.5 टन तो ज़्यादा, उदू उन्हां नू की करना चाहिए आ। इटली दी सरकार ने कानून बनाया होया है कि अगर तुहाडे गड्डी दे नाल टोचन पान करके तुहाडा भार 4,250 किलोग्राम तक आ, तो तुहानू लाइसेंस दे नाल B96 कोड जोड़ना पैना आ। हुण आपां सोचांगे भी ये कोड की हुंदा है। अगर तुसी अपने लाइसेंस दे नाल 96 कोड जोड़ लैंदे हो, को दिशे अरमोनिजातो नोवांतसाई, यानी कि 96 कोड लाइसेंस दे नाल जुड़न ते तुहानू 750 किलो होर पाण दी परमिशन मिल जाती आ। इसका की मतलब आ, 3,500 किलो तो लाइसेंस बी नाल मैं चला सकता ही, 96 कोड दे नाल मैनू 750 किलो होर पाण दी इजाजत मिल गई आ। हुण किन्ना हो गया आ, 4,250, 4,250 किलोग्राम। सो लाइसेंस बी 96 दे नाल तुहानू 4,250 तक चलान की इजाजत मिल चुकी आ। इस दे वास्ते सिर्फ गुईदे ही करने पैंदे ने, थ्योरी का एग्जाम देन की जरूरत नहीं हैगी, सिर्फ गुईदे करन दी लोड़ आ। इसनू आपां लाइसेंस बी हासिल करन तो बाद उदों ही कर सकते हैं, यानी कि जब तुहानू लाइसेंस बी मिलिया आ उस तो कुछ टाइम बाद इहनू आपां सुचे स्योमेंते नाल ही इहनू आपां अगला स्टैप ये पढ़ सकते हैं। इस तो बाद कई बार आपां देखते हैं भी गड्डी पिछे भारी रुलॉट्स जिन्हों आप कह दें कारावान, अगर गड्डी पिछे भारी कारावान पाई हुई आ, या वड्डी शिप किस मतलब वड्डी किश्ती पाई हुई है, शिप बारका, या थानू लगता है कि इंदा वजन 750 किलो तो है नहीं, तो ये 4,250 तक भी नहीं हैगा दोनों, उदू लाइसेंस बी ई किया जाता है। हाँ जी, लाइसेंस बी ई एक किस्म आ लाइसेंस करन दी, जेड़ा तुहानू यानी कि ड्राइवर नू इजाजत देंदी आ 3,500 किलो होर पाण दी। कहन दा मतलब
ਗੱਡੀ ਦਾ ਪਿੱਛੇ ਟੋਚਨ ਪਾਣਾ, ਦੋਨੋਂ ਨੂੰ ਮਿਲਾ ਕੇ ਤੁਸੀਂ 7,000 ਯਾਨੀ ਕਿ 7 ਟਨ ਤੱਕ ਕਰ ਸਕਦੇ ਹੋ। ਮੈਂ ਇੱਕ ਇਗਜ਼ੈਂਪਲ ਦੇਣਾ, ਇਕੱਲੇ ਲਾਇਸੈਂਸ ਬੀ ਨਾਲ ਪਰਮਿਸ਼ਨ ਸੀਗੀ 3,500 ਕਿਲੋਗ੍ਰਾਮ, ਲਾਇਸੈਂਸ ਬੀ 96 ਨਾਲ 3,500 ਪਲੱਸ 750 ਕਿੰਨਾ ਹੋ ਗਿਆ, 4,250। ਲੇਕਿਨ ਅਗਰ ਤੁਸੀਂ ਬੀ ਈ ਕਰ ਲੈਂਦੇ ਹੋ ਫਿਰ ਤੁਹਾਨੂੰ 3,500 ਗੱਡੀ ਦਾ ਪਲੱਸ 3,500 ਕਿਲੋ ਰਿਮੋਰਕਿਓ ਦੇ ਪਾਉਣ ਦੀ ਇਜਾਜ਼ਤ ਮਿਲ ਜਾਂਦੀ ਆ। ਲੇਕਿਨ ਇਸ ਗੱਲ ਦਾ ਖਿਆਲ ਰੱਖਿਓ, ਅਤੇ ਸਵਾਲਾਂ ਵਿੱਚ ਬਹੁਤ ਜ਼ਿਆਦਾ ਆਉਂਦਾ ਆ ਕਿ ਗੱਡੀ 2 ਟਨ ਦੀ ਅਤੇ ਰਿਮੋਰਕਿਓ 4 ਟਨ ਦਾ, 6 ਟਨ ਹੋ ਗਏ। ਅਤੇ ਆਪਾਂ ਸੋਚਦੇ ਹਾਂ ਹਾਂ ਸਹੀ ਆ ਕਿਉਂਕਿ 7 ਟਨ ਟੋਟਲ ਹੋਣਾ ਚਾਹੀਦਾ ਹੈ। ਨਹੀਂ ਜੀ, ਗੱਡੀ ਵੀ 3.5 ਟਨ ਤੱਕ ਹੀ ਹੋਣੀ ਚਾਹੀਦੀ ਆ ਜਾਂ ਇਸ ਤੋਂ ਘੱਟ, ਅਤੇ ਰਿਮੋਰਕਿਓ ਵੀ 3.5 ਟਨ ਤੱਕ ਹੀ ਹੋਣਾ ਚਾਹੀਦਾ ਹੈ ਜਾਂ ਇਸ ਤੋਂ ਘੱਟ। ਇਹ ਨਹੀਂ ਹੈਗਾ ਕਿ 2 ਟਨ ਦੀ ਗੱਡੀ ਅਤੇ 4 ਟਨ ਦਾ ਰਿਮੋਰਕਿਓ ਅਤੇ ਆਪੇ ਹੋ ਗਏ ਤੁਹਾਡੇ 6 ਟਨ, ਇੱਦਾਂ ਨਹੀਂ ਹੈਗਾ। ਗੱਡੀ ਅਤੇ ਰਿਮੋਰਕਿਓ ਦੋਨੋਂ ਦਾ ਭਾਰ 7 ਟਨ, ਲੇਕਿਨ ਅਗਰ ਇਕੱਲੇ ਇਕੱਲੇ ਦੀ ਗੱਲ ਕਰੀਏ, ਨਾ ਹੀ 3.5 ਟਨ ਤੋਂ ਜ਼ਿਆਦਾ ਰਿਮੋਰਕਿਓ ਹੋਣਾ ਚਾਹੀਦਾ ਹੈ ਅਤੇ ਨਾ ਹੀ 3.5 ਟਨ ਤੋਂ ਜ਼ਿਆਦਾ ਗੱਡੀ ਹੋਣੀ ਚਾਹੀਦੀ ਆ। ਇਹ ਵੀ ਲਾਇਸੈਂਸ ਸਿਰਫ ਗੁਈ ਦੇ ਕਰਨ 'ਤੇ ਹੀ ਮਿਲ ਜਾਂਦਾ ਆ। ਲਾਇਸੈਂਸ ਬੀ ਕਰਨ ਤੋਂ ਬਾਅਦ ਜਦ ਤੁਸੀਂ ਗੁਈ ਦੇ ਕਰਦੇ ਹੋ ਤੁਹਾਨੂੰ ਨਾਲ ਹੀ ਲਾਇਸੈਂਸ ਬੀ ਈ ਹਾਸਿਲ ਕਰ ਸਕਦੇ ਹੋ। ਇਹਦੇ ਨਾਲ 3.5 ਪਲੱਸ 3.5 ਟਨ ਤੱਕ ਪਾਉਣ ਦੀ ਪਰਮਿਸ਼ਨ ਤੁਹਾਨੂੰ ਮਿਲ ਗਈ ਹੈਗੀ ਆ। ਲਾਇਸੈਂਸ ਬੀ ਦੇ ਨਾਲ ਤੁਸੀਂ ਆ ਐਮ ਬੀ 1 ਇਹ ਵੀ ਵਹੀਕਲ ਚਲਾ ਸਕਦੇ ਹੋ, ਆ 1 ਵਾਲੇ ਵੀ। ਸੋ ਬੀ ਦੇ ਨਾਲ ਅਗਰ ਤੁਹਾਡੇ ਕੋਲ ਲਾਇਸੈਂਸ ਬੀ ਹੈਗਾ, ਤੁਸੀਂ ਛੋਟੀ ਕੁਆਦ, ਛੋਟੀ ਚਿਕਲੋ ਮਤੋਰੇ ਅਤੇ ਛੋਟੀ ਮੋਟਰਸਾਈਕਲ ਚਲਾ ਸਕਦੇ ਹੈਗੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦੀ ਵੈਲਿਡਿਟੀ, ਇਸ ਲਾਇਸੈਂਸ ਦੀ ਬੁਨਿਆਦ ਕਿੰਨੀ ਹੁੰਦੀ ਆ। ਲਾਇਸੈਂਸ ਬੀ ਦੀ ਬੁਨਿਆਦ ਜਿਹਨੂੰ ਕਹਿੰਦੇ ਨੇ ਦੂਰਾਤਾ ਇਹ ਕੰਫੇਰਮਾ ਦਿਲਾ ਵਲਦਿੱਤਾ ਦਿਲਾ ਪਤੈਂਤੇ, ਯਾਨੀ ਕਿ ਡੂਰੇਸ਼ਨ, ਕਿੰਨਾ ਸਮਾਂ ਲਾਇਸੈਂਸ ਵੈਲਿਡ ਹੁੰਦਾ ਆ ਤੁਹਾਡੇ ਕੋਲ। ਇਹ ਉਹ ਅੰਕੜੇ ਨੇ ਜਿਹੜੇ ਨੋਰਮਲ ਹੁੰਦੇ ਨੇ। ਹਾਂ, ਇਹ ਉਹਨਾਂ ਨੂੰ ਕੱਢ ਕੇ ਆ ਜਿਨ੍ਹਾਂ ਦੇ ਲਾਇਸੈਂਸ ਨੂੰ ਸਸਪੈਂਡ ਕਰਤਾ ਆ, ਜਾਂ ਪੁਲਿਸ ਵੱਲੋਂ ਕੋਈ ਚਿੱਠੀ ਆ ਗਈ ਆ, ਜਾਂ ਕੋਈ ਤੁਹਾਡੇ 'ਤੇ ਪੈਨਾਲੇ ਲੱਗਾ ਹੋਇਆ ਏ, ਜਾਂ ਕਿਸੇ ਤਰ੍ਹਾਂ ਦਾ ਕੇਸ ਨੂੰ ਬਾਹਰ ਕੱਢ ਕੇ। ਇੱਕ ਆਮ ਤੌਰ 'ਤੇ ਅਗਰ ਕੋਈ ਮੈਨੂੰ ਪੁੱਛੇ ਕਿ ਤੁਹਾਡਾ ਲਾਇਸੈਂਸ ਕਿੰਨੇ ਚਿਰ ਦਾ ਹੁੰਦਾ ਹੈ, ਕਿੰਨੇ ਚਿਰ ਦੀ ਇਹਦੀ ਵੈਲਿਡਿਟੀ ਆ, ਇਹ ਉਹਦੇ ਉੱਪਰ ਨੇ। ਇਹ ਮੈਂ ਲਾਈਨ ਕਿਉਂ ਕਹਿ ਰਿਹਾ, ਕਿਉਂਕਿ ਕਈ ਵਾਰੀ ਹੁੰਦਾ ਹੈ ਜਿਨ੍ਹਾਂ ਨੂੰ ਸ਼ਰਾਬ ਦੇ ਜਾਂ ਕਿਸੇ ਹੋਰ ਨਸ਼ੇ ਦੇ ਵਿੱਚ ਲਾਇਸੈਂਸ ਗੱਡੀ ਚਲਾਉਂਦੇ ਫੜ ਲੈਂਦੇ ਨੇ ਪੁਲਿਸ ਵਾਲੇ, ਉਹਨੂੰ 6-6 ਮਹੀਨਿਆਂ ਦਾ, ਮਹੀਨੇ ਮਹੀਨੇ ਦਾ ਜਾਂ ਸਾਲ ਸਾਲ ਦਾ ਮਿਲਦਾ ਆ। ਸੋ ਉਹਨਾਂ ਨੂੰ ਬਾਹਰ ਕੱਢ ਕੇ ਸਿਰਫ ਅਗਰ ਆਪਾਂ ਨੋਰਮਲ ਗੱਲ ਕਰੀਏ ਲਾਇਸੈਂਸ ਦੀ ਵੈਲਿਡਿਟੀ ਕਿੰਨੀ ਹੁੰਦੀ ਆ। ਸੋ ਇਹਦੇ ਵਿੱਚ ਏ ਐਮ, ਏ 1, ਏ 2, ਏ ਬੀ 1, ਬੀ ਅਤੇ ਬੀ ਈ, ਯਾਨੀ ਕਿ ਟੋਟਲ ਸਾਰੇ ਲਾਇਸੈਂਸ ਸ਼ਾਮਿਲ ਨੇ, 10 ਸਾਲ ਦਾ ਮਿਲਦਾ ਆ। ਕਿ ਨੋਨਾ ਸੁਪੇਰਾ ਤੋਂ ਚਿੰਕਵੰਤਾਨੀ, ਜਿਹਦੀ ਉਮਰ 50 ਸਾਲ ਤੱਕ ਆ ਉਹਨੂੰ ਇਹ ਲਾਇਸੈਂਸ 10 ਸਾਲਾਂ ਦਾ ਮਿਲਣਾ ਆ। ਯਾਨੀ ਕਿ ਅਗਰ ਮੈਂ 25 ਸਾਲ ਦੀ ਉਮਰ 'ਚ ਕੀਤਾ ਆ ਤਾਂ ਮੈਨੂੰ 35 ਸਾਲ 'ਤੇ ਦੁਬਾਰਾ ਜਾ ਕੇ ਲਾਇਸੈਂਸ ਨੂੰ ਰੀਨਿਊ ਕਰਵਾਉਣਾ ਪੈਣਾ ਆ। 5 ਸਾਲ ਦਾ ਮਿਲਦਾ ਆ ਕਿ ਨੁਨਹਾ ਸੁਪੇਰਾ ਤੋਂ ਸਿਤਾਨਤਾਨੀ, 70 ਸਾਲ ਦੀ ਉਮਰ ਤੱਕ ਇਹ ਲਾਇਸੈਂਸ 5 ਸਾਲ ਦਾ ਮਿਲਦਾ ਆ। ਅਗਰ ਮੰਨ ਲਓ ਮੈਂ 55 ਸਾਲ ਦੀ ਉਮਰ 'ਚ ਲਿੱਤਾ ਆ ਤਾਂ ਮੈਨੂੰ 60 ਸਾਲ ਦੀ ਉਮਰ 'ਚ ਜਾ ਕੇ ਰੀਨਿਊ ਕਰਵਾਉਣਾ ਪੈਣਾ ਆ। 3 ਸਾਲ ਕਿ ਨੁਨਹਾ ਸੁਪੇਰਾ ਤੋਂ ਉਤਨਤਾਨੀ, 80 ਸਾਲ ਦੀ ਉਮਰ ਤੱਕ ਲਾਇਸੈਂਸ 3 ਸਾਲ ਦਾ ਮਿਲਦਾ ਆ। ਜਿੱਦਾਂ ਲਾ ਲਓ ਹੁਣ ਮੈਂ 73 ਸਾਲਾਂ ਦਾ ਵਾਂ ਅਤੇ ਮੈਨੂੰ ਫਿਰ 76 ਸਾਲ ਦਾ ਹੋ ਕੇ ਲਾਇਸੈਂਸ ਰੀਨਿਊ ਕਰਵਾਉਣਾ ਪੈਣਾ ਆ। ਅਤੇ 2 ਸਾਲ ਦੁਆਨੀ,
ਕੀ ਆ ਸੁਪੇਰਾਤੋ ਉਹ ਤਨ ਤਾਨੀ ਜਿਹਨੇ 80 ਸਾਲ ਉਮਰ ਪਾਰ ਕਰ ਲਈ ਆ, ਉਹਨੂੰ ਲਾਇਸੈਂਸ ਫਿਰ ਦੋ ਦੋ ਸਾਲ ਦਾ ਮਿਲਦਾ ਆ। ਜਿੱਦਾਂ ਹੁਣ ਲਾ ਲਓ ਮੇਰੀ ਉਮਰ 81 ਸਾਲ ਆ, ਫਿਰ ਮੈਨੂੰ 83 ਤੱਕ ਮਿਲੇਗਾ, ਫਿਰ 85 ਤੱਕ ਮਿਲੇਗਾ, ਤੇ ਫਿਰ ਮਿਲੇਗਾ 87 ਸਾਲ। ਯਾਨੀ ਕਿ ਜਦੋਂ ਤੱਕ ਮੈਂ ਜਿੰਦਾ ਵਾਂ 80 ਸਾਲ ਤੋਂ ਬਾਅਦ ਲਾਇਸੈਂਸ ਦੋ ਦੋ ਸਾਲ ਦਾ ਮਿਲਦਾ ਆ। ਸੋ ਇਸ ਨੂੰ ਤੁਸੀਂ ਅੱਛੀ ਤਰ੍ਹਾਂ ਪੜ੍ਹ ਲਿਓ। ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਲਾਇਸੈਂਸ ਨੂੰ ਕਦੋਂ ਸਸਪੈਂਡ ਸਸਪੈਂਸੀਓਨੇ, ਕਦੋਂ ਰੱਦ ਰੈਵੋਕਾ, ਜਾਂ ਕਦੋਂ ਇਹਨੂੰ ਦੁਬਾਰਾ ਇਗਜ਼ਾਮ ਦੇਣ ਵਾਸਤੇ ਕਿਹਾ ਜਾਂਦਾ ਆ। ਸੋ ਅਗਰ ਤੁਸੀਂ ਸਾਡੇ ਸਾਰੀਆਂ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਅਗਰ ਵਧੇਰੀ ਜਾਣਕਾਰੀ ਚਾਹੁੰਦੇ ਹੋ ਲਾਇਸੈਂਸ ਕਿਸੇ ਵੀ ਕਿਸਮ ਦੇ ਲਈ, ਬੀ ਸੀ ਜਾਂ ਚੀਕੂ ਚੀ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਥੈਂਕ ਯੂ, ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।